ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਆਪਾਂ ਅੰਮ੍ਰਿਤਸਰ ਪਹੁੰਚੇ ਸੀ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਨ ਬਣਿਆ ਕਿ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਜਿਹੜਾ ਕਿ ਜਨਮ ਦਿਹਾੜਾ ਆ ਰਿਹਾ ਅਤੇ ਆਪਾਂ ਸਾਰੇ ਜਾ ਕਰਕੇ ਉਸ ਸਥਾਨ ਦੇ ਦਰਸ਼ਨ ਕਰੀਏ ਜਿੱਥੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਤਪੱਸਿਆ ਕੀਤੀ ਅਤੇ ਪੰਜ ਪਾਤਸ਼ਾਹੀਆਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਮਿਲਣ ਵਾਸਤੇ ਉਸ ਧਰਤੀ 'ਤੇ ਪਹੁੰਚੀਆਂ, ਗੁਰਦੁਆਰਾ ਬਾਠ ਸਾਹਿਬ। ਕਿਉਂਕਿ ਦਾਸ ਨੇ ਉੱਥੇ ਕਥਾ ਦੇ ਵਿੱਚ ਵੀ ਜ਼ਿਕਰ ਕੀਤਾ ਉਸ ਇਤਿਹਾਸ ਦਾ, ਅਤੇ ਕਾਫੀ ਸੰਗਤਾਂ ਨੇ ਪੁੱਛਿਆ ਵਾਰ ਵਾਰ ਫੋਨ ਕਰਕੇ ਕਿ ਬਾਠ ਸਾਹਿਬ ਦਾ ਰਸਤਾ ਕੀ ਹੈ ਜਾਂ ਬਾਠ ਸਾਹਿਬ ਗੁਰਦੁਆਰਾ ਸਾਹਿਬ ਕਿੱਥੇ ਹੈ। ਅਤੇ ਅੱਜ ਫਿਰ ਆਪਾਂ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਬਾਠ ਸਾਹਿਬ ਦੇ ਅਤੇ ਨਾਲੇ ਨਾਨਕ ਚੱਕ ਅਤੇ ਕਾਦਰਾਬਾਦ ਦੇ, ਜਿੱਥੇ ਬਾਬਾ ਸ਼੍ਰੀ ਚੰਦ ਜੀ ਦਾ ਅੱਜ ਵੀ ਉਹ ਬੋਰਡ ਉਹਦੇ ਵੀ ਦਰਸ਼ਨ ਹੁੰਦੇ ਨੇ, ਧੂਣਾ ਸਾਹਿਬ ਦੇ ਦਰਸ਼ਨ ਹੁੰਦੇ ਆ। ਅਤੇ ਆਓ ਆਪਾਂ ਸਾਰੇ ਚੱਲੀਏ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਸਥਾਨਾਂ ਦੇ ਦੀਦਾਰਿਆਂ ਵਾਸਤੇ। ਤਿਆਗੀਆਂ ਦੇ ਤਿਆਗੀ ਦਾਨੀਆਂ ਦੇ ਦਾਨੀ ਜੋ, ਜਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ, ਜਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ। ਓ ਗੁਰੂ ਨਾਨਕ ਦੇ ਵੱਡੇ ਫਰਿਆਦ ਨੂੰ ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ, ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ। ਤਿਆਗੀਆਂ ਦੇ ਤਿਆਗੀ ਦਾਨੀਆਂ ਦੇ ਦਾਨੀ ਜੋ, ਜਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ, ਜਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ। ਓ ਗੁਰੂ ਨਾਨਕ ਦੇ ਵੱਡੇ ਫਰਿਆਦ ਨੂੰ ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ, ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ। ਇਹ ਆ ਗਿਆ ਜੀ ਗੋਲਡਨ ਗੇਟ ਅੰਮ੍ਰਿਤਸਰ ਦੀ ਐਂਟਰੀ ਵਾਲਾ। ਸੋ ਇੱਥੋਂ ਆਪਾਂ ਹੁਣ ਖੱਬੇ ਹੱਥ ਮੁੜਾਂਗੇ ਬਟਾਲਾ ਵੱਲ ਨੂੰ। ਪਰ ਮੈਂ ਇੱਕ ਹੋਰ ਵੀ ਮੇਰੇ ਮਨ ਵਿੱਚ ਗੱਲ ਆਈ ਵੀ ਜਿਵੇਂ ਆ ਗੋਲਡਨ ਗੇਟ ਹੈ, ਸਾਰਿਆਂ ਨੇ ਨਾਮ ਗੋਲਡਨ ਗੇਟ ਰੱਖਿਆ, ਕਈ ਹਰਿਮੰਦਰ ਸਾਹਿਬ ਨੂੰ ਵੀ ਗੋਲਡਨ ਟੈਂਪਲ ਕਹਿ ਦਿੰਦੇ ਆ, ਪਰ ਗੋਲਡਨ ਟੈਂਪਲ ਦਾ ਮਤਲਬ ਹੁੰਦਾ ਸੁਨਹਿਰੀ ਮੰਦਰ। ਅਤੇ ਸੁਨਹਿਰੀ ਮੰਦਰ ਜਾਂ ਸੋਨੇ ਦਾ ਮੰਦਰ ਤਾਂ ਕੋਈ ਵੀ ਬਣਾ ਸਕਦਾ, ਪਰ ਹਰਿਮੰਦਰ ਉਹ ਕੋਈ ਨਹੀਂ ਬਣਾ ਸਕਦਾ, ਉਹ ਕੇਵਲ ਅਤੇ ਕੇਵਲ ਗੁਰੂ ਰਾਮਦਾਸ ਦਾ ਹੀ ਘਰ ਹੈ। ਇਸੇ ਕਰਕੇ ਕਿਹਾ ਡਿੱਠੇ ਸਭੇ ਥਾਵ ਨਹੀਂ ਤੁਦ ਜਿਹੇ ਆ, ਬਦੋਂ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਸੋ ਇਸ ਕਰਕੇ ਕਦੇ ਵੀ ਗੋਲਡਨ ਟੈਂਪਲ ਨਹੀਂ ਕਹਿਣਾ ਚਾਹੀਦਾ, ਹਰਿਮੰਦਰ ਸ਼ਬਦ ਹੀ ਵਰਤਣੇ ਚਾਹੀਦੇ ਨੇ। ਅਤੇ ਹੁਣ ਆਪਾਂ ਬਟਾਲੇ ਵੱਲ ਮੁੜ ਗਏ ਅਤੇ ਪਹਿਲਾਂ ਆਪਾਂ ਹੁਣ ਥੋੜ੍ਹਾ ਜਿਹਾ ਗੱਡੀ ਦਾ ਇਸ਼ਨਾਨਾ ਵੀ ਕਰਵਾ ਲਈਏ, ਗੱਡੀ ਨੂੰ ਇਸ਼ਨਾਨ ਕਰਾ ਕੇ ਤੇ ਫਿਰ ਆਪਾਂ ਤਿਆਗੀ ਦਾਨੀਆਂ ਦੇ ਦਾਨੀ ਜੋ, ਜਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ, ਜਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ। ਓ ਗੁਰੂ ਨਾਨਕ ਦੇ ਵੱਡੇ ਫਰਿਆਦ ਨੂੰ ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ, ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ। ਤਿਆਗੀਆਂ ਦੇ ਤਿਆਗੀ ਦਾਨੀਆਂ ਦੇ ਦਾਨੀ ਜੋ, ਜਟਾ ਤਾਰੀ ਬਾਲ। ਆਪਾਂ ਗੁਰਦਾਸਪੁਰ ਪਹੁੰਚ ਗਏ ਆ ਤੇ ਸਿੱਧਾ ਜੇ ਜਾਈਏ ਤੇ ਗੁਰਦਾਸਪੁਰ ਹੈ, ਸੱਜੇ ਹੱਥ ਪਠਾਨਕੋਟ ਨੂੰ ਸੜਕ ਮੁੜਦੀ ਹੈ ਤੇ ਸੱਜੇ ਹੱਥ ਹੀ ਜਾਣਾ ਹੈ, ਕਿਉਂਕਿ ਫਿਰ ਰਸਤੇ ਵਿੱਚ ਹੀ ਗੁਰਦੁਆਰਾ ਬਾਠ ਸਾਹਿਬ ਤਪ ਸਥਾਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਉਹਦੇ ਦਰਸ਼ਨ ਆਪਾਂ ਕਰਨੇ ਆ। ਤੇ ਇਹ ਆਪ ਸਭ ਸੰਗਤਾਂ ਦੇ ਜਾਣਕਾਰੀ ਵਾਸਤੇ ਮੈਂ ਦੱਸ ਰਿਹਾ ਕਿ ਸਿੱਧਾ ਨਹੀਂ ਜਾਣਾ, ਸੱਜੇ ਜਾਣਾ, ਕਿਉਂਕਿ ਸਿੱਧਾ ਗੁਰਦਾਸਪੁਰ ਹੈ, ਸੱਜੇ ਪਾਸੇ ਪਠਾਨਕੋਟ ਵੱਲ ਨੂੰ ਮੁੜਨਾ। ਸੋ ਆਓ ਆਪਾਂ ਸਾਰੇ ਚੱਲੀਏ ਜੀ। ਤਿਆਗੀਆਂ ਦੇ ਤਿਆਗੀ ਦਾਨੀਆਂ ਦੇ ਦਾਨੀ ਜੋ, ਜਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ, ਜਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ। ਓ ਗੁਰੂ ਨਾਨਕ ਦੇ ਵੱਡੇ ਫਰਿਆਦ ਨੂੰ ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ, ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ। ਤਿਆਗੀਆਂ ਦੇ ਤਿਆਗੀ ਦਾਨੀਆਂ ਦੇ ਦਾਨੀ ਜੋ, ਜਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ, ਜਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ। ਓ ਗੁਰੂ ਨਾਨਕ ਦੇ ਵੱਡੇ ਫਰਿਆਦ ਨੂੰ ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ, ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ। ਆਓ ਗੇਟ ਦੀ ਨਿਸ਼ਾਨੀ ਗੁਰਦੁਆਰਾ ਬਾਠ ਸਾਹਿਬ ਨੂੰ ਮੁੜਨ ਦੀ ਹੈ।
ਇੱਥੋਂ ਆਪਾਂ ਮੁੜ ਜਾਣਾ ਗੁਰਦੁਆਰਾ ਬਾਠ ਸਾਹਿਬ ਨੂੰ ਸਿੱਧਾ, ਜਿਹੜਾ ਕਿ ਪਠਾਨਕੋਟ ਸਿਰਫ 8 ਕਿਲੋਮੀਟਰ ਹੀ ਰਹਿ ਗਿਆ ਇੱਥੋਂ ਪਠਾਨਕੋਟ। ਅਤੇ ਆਹ ਗੇਟ ਦੀ ਨਿਸ਼ਾਨੀ ਸਾਰੇ ਰੱਖ ਲਿਓ ਕਿਉਂਕਿ ਪਤਾ ਲੱਗ ਜਾਂਦਾ। ਅਤੇ ਹੁਣ ਆਪਾਂ ਮੁੜਨ ਲੱਗੇ ਗੁਰਦੁਆਰਾ ਬਾਠ ਸਾਹਿਬ ਜੱਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ ਓ ਗੁਰੂ ਨਾਨਕ ਦੇ ਵੱਡੇ ਫਰਿਆਦ ਨੂੰ ਬੰਦਣਾ ਹੈ ਸਾਡੇ ਬਾਬੇ ਸ਼੍ਰੀ ਚੰਦ ਨੂੰ ਤਿਆਗੀਆਂ ਦੇ ਤਿਆਗੀ ਦਾਨੀਆਂ ਦੇ ਦਾਨੀ ਜੋ ਜੱਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ ਜੱਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ ਓ ਗੁਰੂ ਨਾਨਕ ਦੇ ਵੱਡੇ ਫਰਿਆਦ ਨੂੰ ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ ਹਾਂਜੀ ਸੰਗਤ ਜੀ, ਆਪਾਂ ਪਹੁੰਚ ਗਏ ਗੁਰਦੁਆਰਾ ਬਾਠ ਸਾਹਿਬ। ਵੈਸੇ ਪਹੁੰਚ ਤੇ ਆਪਾਂ ਕਾਫੀ ਸਮੇਂ ਦੇ ਗਏ, ਪਰ ਇੱਥੇ ਫਿਰ ਮਹਾਂਪੁਰਸ਼ਾਂ ਦੇ ਤੇ ਸੰਗਤਾਂ ਦੇ ਅਸਥਾਨ ਦੇ ਦਰਸ਼ਨ ਕਰਦੇ ਰਹੇ ਤੇ ਥੋੜਾ ਆਰਾਮ ਕੀਤਾ। ਤੇ ਹੁਣ ਆਪ ਜੀ ਦੇ ਨਾਲ ਆਪਾਂ ਇਤਿਹਾਸ ਦੀ ਸਾਂਝ ਪਾਵਾਂਗੇ। ਵੈਸੇ ਤਾਂ ਬਹੁਤ ਜ਼ਿਆਦਾ ਸੰਗਤ ਨੂੰ ਇਸ ਅਸਥਾਨ ਦੇ ਇਤਿਹਾਸ ਬਾਰੇ ਪਤਾ, ਪਰ ਫਿਰ ਵੀ ਇਹ ਅਸਥਾਨ ਕਿੱਥੇ ਸੁਸ਼ੋਭਿਤ ਹੈ, ਵਾਰ ਵਾਰ ਦਾਸ ਨੂੰ ਫੋਨ ਆਉਂਦੇ ਸੀ, ਇਸ ਕਰਕੇ ਹੀ ਆਪਾਂ ਵਲੋਗ ਬਣਾਇਆ। ਇਹ ਉਹੀ ਤਪ ਸਥਾਨ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਫਰਜ਼ੰਦ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਤਪੱਸਿਆ ਕੀਤੀ। ਅਤੇ ਇਸੇ ਅਸਥਾਨ ਦੇ ਉੱਤੇ ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਧੰਨ ਗੁਰੂ ਅੰਗਦ ਸਾਹਿਬ ਜੀ ਆ ਕਰਕੇ ਮਿਲਦੇ ਆ। ਇਸੇ ਅਸਥਾਨ 'ਤੇ ਆਪਣੇ ਪਰਿਵਾਰ ਦੇ ਸਮੇਤ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹ ਵੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਇਸ ਅਸਥਾਨ 'ਤੇ ਆਏ। ਅਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬਚਨ ਕੀਤਾ ਕਿ ਆਪ ਜੀ ਦੇ ਪੁੱਤਰ ਨਾਲ ਨੇ ਅਤੇ ਸਾਡੇ ਵਾਸਤੇ ਕਿਹੜਾ ਪੁੱਤਰ ਹੈ। ਅਤੇ ਧੰਨ ਗੁਰੂ ਅਮਰਦਾਸ ਜੀ ਨੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਸਪੁਰਦ ਕਰ ਦਿੱਤਾ। ਉਸ ਤੋਂ ਬਾਅਦ ਫਿਰ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਧੰਨ ਗੁਰੂ ਰਾਮਦਾਸ ਜੀ ਗੁਰਗੱਦੀ 'ਤੇ ਸ਼ੁਭਾਏਮਾਨ ਹੋਏ। ਅਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਨਾਲ ਮਿਲਾਪ ਕਰਨ ਵਾਸਤੇ ਇਸ ਅਸਥਾਨ 'ਤੇ ਆਏ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਵੀ ਆਏ। ਅਤੇ ਵੇਖੋ, ਅੱਜ ਸਾਡੇ ਕਈ ਵਾਰ ਲੋਕ ਸ਼ੰਕਾ ਪਾਉਂਦੇ ਆ, ਪਰ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਹ ਸਿਖਾਇਆ ਵੀ ਕਿਸ ਤਰ੍ਹਾਂ ਸਤਿਕਾਰ ਕਰਨਾ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ। ਜਿਸ ਵਕਤ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਏ ਅਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਉਸ ਵਕਤ ਸਮਾਧੀ ਵਿੱਚ ਸਨ, ਨਾਮ ਦੇ ਰੰਗ ਵਿੱਚ ਸਰੂਰੇ ਹੋਏ ਨੇ। ਅਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਆ ਕਰਕੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਸਮਾਧੀ ਤੋਂ ਉਠਾਇਆ ਨਹੀਂ, ਬਲਕਿ ਥੰਮ ਸਾਹਿਬ ਜੀ ਦੇ ਜਿਹੜੇ ਆਪ ਦਰਸ਼ਨ ਕਰ ਰਹੇ ਹੋ, ਇਸ ਥੰਮ ਸਾਹਿਬ ਦੇ ਕੋਲ ਖੜ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਨੇਤਰ ਖੁੱਲ੍ਹਣ ਦੀ ਉਡੀਕ ਕੀਤੀ ਕਿ ਜਦੋਂ ਸਮਾਧੀ ਤੋਂ ਉੱਠਣਗੇ ਤਾਂ ਉਹਨਾਂ ਨਾਲ ਮਿਲਾਪ ਕਰਾਂਗੇ। ਅਤੇ ਵੇਖੋ, ਉਡੀਕ ਵੀ ਕੈਸੀ ਮਹਾਨ ਕਿ 5 ਮਹੀਨੇ 27 ਦਿਨ ਲਗਾਤਾਰ ਧੰਨ ਗੁਰੂ ਅਰਜਨ ਦੇਵ ਜੀ ਇਸ ਅਸਥਾਨ 'ਤੇ ਥੰਮ ਸਾਹਿਬ ਜਿੱਥੇ ਸ਼ੋਭਿਤ ਹੈ ਇੱਥੇ ਖੜ੍ਹ ਕੇ ਧੰਨ ਗੁਰੂ ਅਰਜਨ ਦੇਵ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਉਡੀਕ ਕਰਦੇ। ਅਤੇ ਰਾਤਰੀ ਨੂੰ ਇਸ ਅਸਥਾਨ ਦੇ ਨਾਲ ਹੀ ਸਤਿਗੁਰੂ ਦਾ ਆਰਾਮ ਸਥਾਨ, ਉਹ ਅਸਥਾਨ ਦੇ ਵੀ ਮੈਂ ਆਪ ਸਭ ਸੰਗਤਾਂ ਨੂੰ ਦਰਸ਼ਨ ਕਰਾਵਾਂਗਾ। ਉੱਥੇ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਵਿਸ਼ਰਾਮ ਕਰਨਾ ਅਤੇ ਸਵੇਰੇ ਫਿਰ ਇਸ ਅਸਥਾਨ 'ਤੇ ਆ ਕੇ ਕਿਰਪਾ ਕਰਨੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਇੱਥੇ ਆ ਕਰਕੇ ਫਿਰ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਸਮਾਧੀ ਖੁੱਲ੍ਹਣ ਦੀ ਉਡੀਕ ਕਰਨੀ। ਇਸੇ ਤਰ੍ਹਾਂ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੀ ਇਸ ਅਸਥਾਨ 'ਤੇ ਆਏ, ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਨਾਲ ਮਿਲਾਪ ਕੀਤਾ ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ, ਉਹਨਾਂ ਨੂੰ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਆਪਣੇ ਕੋਲ ਰੱਖਿਆ, ਕਿਉਂਕਿ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਚਿਹਰਾ ਵੀ ਗੁਰੂ ਨਾਨਕ ਸਾਹਿਬ ਨਾਲ ਮਿਲਦਾ ਸੀ। ਅਤੇ ਬਾਬਾ ਗੁਰਦਿੱਤਾ ਜੀ ਦਾ ਵੀ ਵਿਆਹ ਬਟਾਲੇ ਹੋਇਆ ਅਤੇ ਗੁਰੂ ਨਾਨਕ ਸਾਹਿਬ ਦਾ ਵੀ ਵਿਆਹ ਬਟਾਲੇ ਹੋਇਆ। ਇਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਦੇ ਦਿੱਤੇ, ਧੰਨ ਬਾਬਾ ਗੁਰਦਿੱਤਾ ਜੀ। ਵੇਖੋ, ਸਾਡੇ ਲੋਕ ਬਾਹਰਲੇ ਰੰਗਾਂ ਵਿੱਚ ਰੂਪਾਂ ਦੇ ਵਿੱਚ ਪੈ ਜਾਂਦੇ ਆ, ਪਰ ਗੁਰੂ ਨਿਰਵੈਰ ਹੈ। ਜਿੱਥੇ ਨਾਮ ਦੀ ਗੱਲ ਹੁੰਦੀ ਹੈ ਗੁਰੂ ਸਾਹਿਬ ਖੁਦ ਚੱਲ ਕੇ ਜਾਂਦੇ ਆ, ਪਰ
ਸਾਡੇ ਲੋਕ ਸ਼ੰਕੇ ਪੈਦਾ ਕਰਦੇ ਆ ਪਰ ਸਤਿਗੁਰੂ ਨੇ ਸਮਝਾਇਆ ਵੀ ਜਿੱਥੇ ਨਾਮ ਦਾ ਬੀਜ ਹੈ ਨਾ ਤੂੰ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਕੋਈ ਇੱਕ ਵੱਖਰਾ ਫਿਰਕੇ ਦਾ ਭੇਸ ਨਾ ਰੱਖੀ ਗਰੀਬੀ ਵਾਲਾ ਨਿਮਾਣੇਪਣ ਵਾਲਾ ਨਿਮਰਤਾ ਵਾਲਾ ਭੇਸ ਰੱਖੀ ਇਹ ਸਤਿਗੁਰੂ ਨੇ ਸਾਨੂੰ ਸਿਖਾਇਆ ਅਤੇ ਅੱਜ ਵੀ ਇੱਥੇ ਸੰਗਤਾਂ ਉਹਨਾਂ ਦੀ ਗਿਣਤੀ ਨਹੀਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਆ ਕੇ ਦਰਸ਼ਨ ਕਰਦੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਤੋਂ ਝੋਲੀਆਂ ਭਰਾਉਂਦੇ ਨੇ ਅਤੇ ਅਸਥਾਨ ਦਾ ਇਹ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਅਤੇ ਇਸ ਅਸਥਾਨ ਦੇ ਸਿੰਘ ਸਾਹਿਬ ਗਿਆਨੀ ਸੁਖਰਾਜ ਸਿੰਘ ਸਾਹਿਬ ਜੀ ਜਿਹੜੇ ਇਸ ਅਸਥਾਨ 'ਤੇ ਮੁੱਖ ਗ੍ਰੰਥੀ ਸਾਹਿਬ ਦੀ ਸੇਵਾ ਨਿਭਾਉਂਦੇ ਆ ਬੜੇ ਹੀ ਪਿਆਰ ਵਾਲੇ ਨੇ ਵੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਉੱਤੇ ਅਥਾਹ ਭਰੋਸਾ ਵੀ ਰੱਖਦੇ ਆ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਦੇ ਆ ਮੈਂ ਸਿੰਘ ਸਾਹਿਬ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਆਪ ਸਭ ਸੰਗਤਾਂ ਦੇ ਨਾਲ ਜ਼ਰੂਰ ਬਚਨਾਂ ਦੀ ਸਾਂਝ ਪਾਉਣ ਜੀ ਸਮੂਹ ਗੁਰੂ ਰੂਪ ਸਤ ਸੰਗਤ ਜੀਓ ਗੁਰਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੜੇ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਬਣ ਰਹੇ ਹਾਂ ਮਾਲਕ ਜੀ ਦੀ ਬੜੀ ਕਿਰਪਾ ਜਿਨ੍ਹਾਂ ਨੇ ਆਪ ਕਿਰਪਾ ਕਰਕੇ ਰਹਿਮਤ ਕਰਕੇ ਤਰੁੱਟ ਕੇ ਆਪਣੇ ਪਾਵਨ ਅਸਥਾਨਾਂ 'ਤੇ ਸੇਵਾ ਦੀ ਦਾਤ ਬਖਸ਼ਿਸ਼ ਕੀਤੀ ਹੈ ਨਿਮਾਣੇ ਜਿਹੇ ਜੀਵ ਹਾਂ ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਆਪਣੇ ਦਰ ਦੇ ਸੇਵਾਦਰ ਬਣਾਉਣਾ ਕੀਤਾ ਹੈ ਜੀ ਇਹ ਮਾਲਕ ਦੇ ਰੰਗ ਹਨ ਬੜੇ ਹੀ ਸੁਚੱਜੇ ਢੰਗ ਦੇ ਨਾਲ ਬੜੇ ਗੁਰਮੁਖ ਪਿਆਰੇ ਭਾਈ ਸੁਖਜੀਤ ਸਿੰਘ ਜੀ ਕਨ੍ਹੱਈਆ ਜੀ ਜਿਹੜੇ ਗਾਹੇ ਬਗਾਹੇ ਆਪ ਜੀ ਦੇ ਨਾਲ ਵੱਖ ਵੱਖ ਸਥਾਨਾਂ ਦੀ ਵੱਖ ਵੱਖ ਸ਼ਬਦਾਂ ਦੀ ਵਿਚਾਰ ਇਤਿਹਾਸਿਕ ਵਿਚਾਰਾਂ ਦੀ ਸਾਂਝ ਪਾਉਂਦੇ ਰਹਿੰਦੇ ਹਨ ਅੱਜ ਇਸ ਪਾਵਨ ਅਸਥਾਨ 'ਤੇ ਪਹੁੰਚੇ ਹਾਂ ਅਸੀਂ ਇਹਨਾਂ ਨੂੰ ਜੀਓ ਆਇਆ ਆਖਦੇ ਹਾਂ ਇਹਨਾਂ ਦੇ ਦਰਸ਼ਨ ਦੀਦਾਰੇ ਕੀਤੇ ਹਨ ਬੜੀ ਖੁਸ਼ੀ ਆਈ ਕਿਉਂਕਿ ਨਾਮ ਦੀ ਵਿੱਚ ਰੰਗੀ ਹੋਈ ਰੂਹ ਹੈ ਮਾਲਕ ਦੀ ਕਿਰਪਾ ਦੇ ਪਾਤਰ ਹਨ ਜੀ ਜਿਵੇਂ ਕਿ ਆਪ ਸਭ ਸੰਗਤਾਂ ਇਹਨਾਂ ਪਾਸੋਂ ਵੀ ਸਰਵਣ ਕਰ ਰਹੇ ਸੋ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਆਏ ਇੱਥੇ ਆ ਕਰ ਉਡੀਕ ਵੀ ਕੀਤੀ ਹੈ ਜੀ ਕਿ ਸਾਨੂੰ ਸਮਝਾਇਆ ਜਾਂਦਾ ਹੈ ਅਸਲ ਦੇ ਵਿੱਚ ਕਿ ਅਸਾਂ ਨੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੋਂ ਕੁਝ ਪ੍ਰਾਪਤ ਕਰਨਾ ਹੋਵੇ ਤਾਂ ਸਾਡਾ ਜੀਵਨ ਤਾਂ ਜਾਂ ਸਾਡੀ ਉਡੀਕ ਕਿਸ ਪ੍ਰਕਾਰ ਹੈ ਅਸੀਂ ਕਈ ਵਾਰ ਬੜੇ ਕਾਹਲੇ ਪੈ ਜਾਂਦੇ ਹਾਂ ਕੋਈ ਅਰਦਾਸ ਕਰਦੇ ਹਾਂ ਕਿ ਅੱਜ ਅਰਦਾਸ ਕੀਤੀ ਹੈ ਬੜੀ ਜਲਦੀ ਉਹ ਅਰਦਾਸ ਸਾਡੀ ਸਫਲੀ ਹੋ ਜਾਵੇ ਸੰਪੂਰਨ ਹੋ ਜਾਵੇ ਅਤੇ ਅਰਦਾਸ ਦੇ ਰੂਪ ਦੇ ਵਿੱਚ ਸਾਨੂੰ ਸਾਰਾ ਕੁਝ ਪ੍ਰਾਪਤ ਹੋ ਜਾਵੇ ਜੀ ਪਰ ਜਦੋਂ ਅਸੀਂ ਇਤਿਹਾਸ ਨੂੰ ਵੇਖਦੇ ਹਾਂ ਤਾਂ ਜਿਨ੍ਹਾਂ ਦੇ ਸੰਬੰਧ ਵਿੱਚ ਭੱਟ ਸਾਹਿਬਾਨ ਲਿਖ ਰਹੇ ਹਨ ਕਿ ਗੁਰੂ ਅਰਜੁਨ ਪਰ ਤਖ ਹਾਰ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਖਲੋ ਰਹੇ ਹਨ ਉਡੀਕ ਕਰਦੇ ਪਏ ਹਨ ਜਿੱਥੇ ਇੱਕ ਸਤਿਕਾਰ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਪੁੱਤਰ ਹਨ ਉਹਨਾਂ ਦਾ ਸਤਿਕਾਰ ਕਿਵੇਂ ਕਰਨਾ ਕਿਸ ਪ੍ਰਕਾਰ ਕੀਤਾ ਜਾਵੇਗਾ ਉੱਥੇ ਸਾਡੇ ਵਾਸਤੇ ਵੀ ਇੱਕ ਸਿੱਖਿਆ ਹੈ ਕਿ ਭਾਈ ਜਦੋਂ ਝੋਲੀਆਂ ਭਰਨੀਆਂ ਹੋਵਨ ਨਾ ਕੁਝ ਪ੍ਰਾਪਤ ਕਰਨਾ ਹੋਵੇ ਮਹਾਂਪੁਰਸ਼ਾਂ ਦੇ ਸਥਾਨ 'ਤੇ ਤੁਸੀਂ ਆਉਂਦੇ ਹੋ ਧਾਰਮਿਕ ਸਥਾਨ 'ਤੇ ਆਉਂਦੇ ਹੋ ਅਤੇ ਕਿੰਨਾ ਸਹਿਜ ਕਿੰਨੀ ਨਿਮਰਤਾ ਕਿਸ ਪ੍ਰਕਾਰ ਦਾ ਜੀਵਨ ਚਾਹੀਦਾ ਹੈ ਜੀ ਇਹ ਸਥਾਨ ਬੜਾ ਹੀ ਮਹਾਨ ਸਥਾਨ ਹੈ ਜੀ ਸ਼ਬਦ ਜੇ ਕਹੀਏ ਕਿ ਸ਼ਬਦਾਂ ਦੁਆਰਾ ਮਹਾਨਤਾ ਦੱਸਣੀ ਹੈ ਤਾਂ ਸ਼ਬਦ ਨਹੀਂ ਹਨ ਜੀ ਕਮਾਲ ਸ਼ਬਦ ਸ਼ਾਇਦ ਛੋਟਾ ਹੀ ਰਹਿ ਜਾਵੇਗਾ ਬਾ ਕਮਾਲ ਵੀ ਹੋ ਸਕਦਾ ਤੁਸੀਂ ਕਿਸੇ ਵੀ ਸੰਗਤ ਨੂੰ ਮਿਲੋ ਪੁੱਛੋ ਜ਼ਰੂਰ ਇੱਕ ਯਤਨ ਕਰਨਾ ਚਾਹੀਦਾ ਹੈ ਤਾਂ ਇੱਕੋ ਹੀ ਉੱਤਰ ਪ੍ਰਾਪਤ ਹੋਵੇਗਾ ਕਿ ਅੱਜ ਜੋ ਵੀ ਹਾਂ ਅਸੀਂ ਇਸ ਸਥਾਨ ਕਰਕੇ ਹਾਂ ਇਹਨਾਂ ਤੋਂ ਵਧੀਆ ਭਾਈ ਸੁਖਜੀਤ ਸਿੰਘ ਜੀ ਤੋਂ ਵਧੀਆ ਤਾਂ ਵੈਸੇ ਮੈਂ ਦੱਸ ਨਹੀਂ ਸਕਦਾ ਹਾਂ ਫਿਰ ਵੀ ਚਲੋ ਇਹਨਾਂ ਵੱਲੋਂ ਹੁਕਮ ਹੋਇਆ ਕਿ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ ਨਾ ਜੀ ਤਾਂ ਜ਼ਰੂਰ ਜਦੋਂ ਤੁਸੀਂ ਕਿਤੇ ਆਓਗੇ ਨਾ ਤਾਂ ਇੱਥੇ ਸਾਡੇ ਗੁਰਮੁਖ ਪਿਆਰੇ ਆਉਂਦੇ ਹੁੰਦੇ ਆ ਇੱਕ ਓਂਕਾਰ ਟੈਲੀਵਿਜ਼ਨ ਵਾਲੇ ਭਾਈ ਗੁਰਪ੍ਰੀਤ ਸਿੰਘ ਜੀ ਬਟਾਲੇ ਤੋਂ ਤਾਂ ਉਹ ਵੀ ਅਕਸਰ ਮਹਾਂਪੁਰਸ਼ਾਂ ਦੀ ਸੰਗਤ ਕਰਦਿਆਂ ਹੋਇਆ ਇੱਕ ਗੱਲ ਸੁਣਨ ਨੂੰ ਪ੍ਰਾਪਤ ਹੁੰਦੀ ਕਿ ਇੱਥੇ ਇੱਕ ਰੂਹਾਨੀ ਵਾਈਬ੍ਰੇਸ਼ਨ ਸਾਨੂੰ ਪ੍ਰਾਪਤ ਹੋ ਰਹੀ ਹੁੰਦੀ ਹੈ ਜਦੋਂ ਅਸੀਂ ਬੈਠਦੇ ਹੋਈਏ ਕਿਉਂਕਿ ਜਿੱਥੇ ਨਿਰੰਤਰ ਭਗਤੀ ਹੋਈ ਹੈ ਨਾਮ ਜਪਿਆ ਗਿਆ ਹੈ ਅਗਰ ਅਸੀਂ ਬੈਠਾਂਗੇ ਨਾ ਤਾਂ ਉਹ ਸਾਨੂੰ ਜ਼ਰੂਰ ਮਹਿਸੂਸ ਵੀ ਹੋਵੇਗਾ ਅਤੇ ਉਹ ਵਾਈਬ੍ਰੇਸ਼ਨ ਸਦਕਾ ਉਸ ਕਿਰਪਾ ਸਦਕਾ ਕੋਈ ਨਾ ਕੋਈ ਸਾਨੂੰ ਜ਼ਰੂਰ ਪ੍ਰਾਪਤ ਹੁੰਦਾ ਹੈ ਜੀ ਧੰਨਵਾਦ ਹੈ ਜੀ ਇਹਨਾਂ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਧੰਨਵਾਦ ਹੈ ਕਿ ਆਪ ਜੀ ਦੇ ਨਾਲ ਵਿਚਾਰਾਂ ਪਾ ਰਹੇ ਹਾਂ ਕਹੇ ਨਹੀਂ ਜਾ ਸਕਦੇ ਜੀ ਇੱਥੋਂ ਦੀ ਸੋਭਾ ਦੇ ਵਡਿਆਈ ਦੇ ਜੋ ਕਾਰਜ ਹਨ ਜਾਂ ਉਹ ਵਡਿਆਈ ਨੂੰ ਸ਼ਬਦਾਂ ਦੁਆਰਾ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਮਹਾਰਾਜ ਜੀ ਹਨ ਉਹਨਾਂ ਦੀ ਵਡਿਆਈ ਹੈ ਅਤੇ ਉਹ ਕਹਿਣ ਤੋਂ ਪਰੇ ਵਾਲਾ ਕਾਰਜ ਹੈ ਜੀ ਬੇਨਤੀਆਂ ਪ੍ਰਵਾਨ ਭੁੱਲ ਚੁੱਕ ਦੀ ਖਿਮਾ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੰਗਤ ਜੀ, ਆ ਮੈਂ ਤੁਹਾਨੂੰ ਖੁਦ ਕੈਮਰਾ ਪਕੜ ਕੇ ਦਰਸ਼ਨ ਕਰਾ ਰਿਹਾ। ਇਹ ਜਿਹੜੇ ਬੋਰਡ ਆ ਵੇਖੋ, ਇਸ ਸਥਾਨ ਦੀ ਇੱਕ ਸਭ ਤੋਂ ਖੂਬਸੂਰਤ ਬਾਤ ਇਹ ਹੈ ਕਿ ਇੱਥੇ ਅੱਜ ਵੀ ਉਹ ਪੁਰਾਤਨ ਬੋਰਡ ਸਾਂਭ ਕੇ ਰੱਖੇ ਆ ਜਿੱਥੇ ਕਦੇ ਮੇਰੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆ ਕਰਕੇ ਸ਼ੁਭਾਇਮਾਨ ਹੋਏ ਅਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਸ਼ੁਭਾਇਮਾਨ ਹੁੰਦੇ ਰਹੇ। ਸੋ ਇਹ ਸਭ ਤੋਂ ਵੱਡੀ ਗੱਲ ਹੈ ਅਤੇ ਅੱਜ ਵੀ ਗੁਰੂ ਘਰਾਂ ਵਿੱਚ ਚਾਹੀਦਾ ਕਿ ਇਸ ਤਰ੍ਹਾਂ ਸਾਡੇ ਪੁਰਾਤਨ ਜਿਹੜੇ ਦਰਖਤ ਨੇ, ਬੋਰਡ ਨੇ, ਪੁਰਾਤਨ ਇਮਾਰਤਾਂ, ਉਹਨਾਂ ਨੂੰ ਸਾਂਭਿਆ ਜਾਵੇ। ਕਿਉਂਕਿ ਅਸੀਂ ਸੰਗ ਮਰਮਰ ਦੇ ਪੱਥਰ ਤੋਂ ਕੁਝ ਨਹੀਂ ਲੈਣਾ, ਸਾਡਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ। ਸਾਡਾ ਰਿਸ਼ਤਾ ਉਹਨਾਂ ਇਮਾਰਤਾਂ ਨਾਲ, ਉਸ ਧਰਤੀ ਨਾਲ ਜਿਸ ਧਰਤੀ 'ਤੇ ਸਾਹਿਬਾਂ ਦੇ ਮੁਬਾਰਕ ਚਰਨ ਪਏ। ਜੇ ਸਤਿਗੁਰੂ ਇਹਨਾਂ ਬੋਰਡਾਂ ਦੇ ਥੱਲੇ ਆ ਕੇ ਸ਼ੁਭਾਇਮਾਨ ਹੋਏ, ਇਹਨਾਂ 'ਚ ਅੱਜ ਵੀ ਉਹ ਤਿਰੰਗਾ ਵੱਸਦੀਆਂ। ਮੇਰੀ ਬੇਨਤੀ ਵੀ ਜਦੋਂ ਵੀ ਆਓ ਅਤੇ ਆ ਇੱਥੇ ਆਨੰਦ ਲੈ ਕੇ ਬੋਰਡ ਦੇ ਥੱਲੇ ਚੌਂਕੜਾ ਲਾ ਕੇ ਕਿਤੇ ਮੂਲ ਮੰਤਰ ਦਾ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਜਾਓ। ਇਹ ਬੋਰਡ ਅੱਜ ਵੀ ਉਸੇ ਤਰ੍ਹਾਂ ਇੱਥੇ ਕਾਇਮ ਨੇ। ਅਤੇ ਇੱਕ ਉਹ ਦਰਖਤ, ਉਹਦਾ ਇਤਿਹਾਸ ਬਹੁਤ ਬਾ ਕਮਾਲ ਹੈ, ਉਹ ਮੈਂ ਆਪ ਜੀ ਨੂੰ ਵੀਡੀਓ ਵਿੱਚ ਦਰਸ਼ਨ ਕਰਵਾ ਰਿਹਾ। ਇਹ ਜਿਹਦੇ ਆਪ ਦਰਸ਼ਨ ਕਰ ਰਹੇ ਹੋ, ਕਹਿੰਦੇ ਇੱਥੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਆ ਕੇ ਸ਼ੁਭਾਇਮਾਨ ਹੋਏ ਸੀ। ਸਮਾਂ ਆਇਆ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ 'ਤੇ ਬੈਠੇ, ਸੰਸਾਰ ਦਾ ਦੁੱਖ ਆਪਣੇ ਤਨ 'ਤੇ ਸਹਾਰਿਆ। ਪਰ ਕਹਿੰਦੇ ਉੱਧਰੋਂ ਸਤਿਗੁਰੂ ਤੱਤੀ ਤਵੀ 'ਤੇ ਜਦੋਂ ਬੈਠੇ ਨੇ, ਕਹਿੰਦੇ ਇਸ ਦਰਖਤ ਨੂੰ ਵੀ ਅੱਗ ਲੱਗ ਗਈ, ਇਹ ਵੀ ਸੜਨ ਲੱਗ ਗਈ। ਅਤੇ ਭਾਈ ਕਮਲੀਆ ਜੀ, ਜੋ ਕਿ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਬਹੁਤ ਵੱਡੇ ਸੇਵਾਦਾਰ ਨੇ, ਭਾਈ ਕਮਲੀਆ ਜੀ ਬਾਬਾ ਸ਼੍ਰੀ ਚੰਦ ਜੀ ਨੂੰ ਮੋਢਿਆਂ 'ਤੇ ਬਿਠਾ ਕੇ ਸਵਾਰਾ ਕਰਾਇਆ ਕਰਦੇ। ਭਾਈ ਕਮਲੀਆ ਜੀ ਕਹਿੰਦੇ ਕਿ ਮਹਾਰਾਜ, ਇਹ ਤਾਂ ਇਹਨੂੰ ਤਾਂ ਅੱਗ ਲੱਗ ਗਈ, ਸੇਕਾ ਪਹੁੰਚ ਗਿਆ। ਬਾਬਾ ਸ਼੍ਰੀ ਚੰਦ ਸਾਹਿਬ ਕਹਿੰਦੇ, ਕਮਲੀਆ, ਇਹਦੇ ਥੱਲੇ ਸਤਿਗੁਰੂ ਸ਼ੁਭਾਇਮਾਨ ਹੋਏ ਨੇ, ਇਹਦਾ ਸਤਿਗੁਰੂ ਨਾਲ ਪ੍ਰੇਮ ਬੜਾ ਹੈ, ਇਹ ਸਤਿਗੁਰੂ ਦੇ ਤਨ ਦਾ ਸੇਕ ਵੀ ਆਪਣੇ 'ਤੇ ਹੰਢਾਈ ਜਾਂਦਾ, ਇਹ ਬਹੁਤ ਜ਼ਿਆਦਾ ਸਤਿਗੁਰੂ ਨਾਲ ਪਿਆਰ ਕਰਦਾ। ਅਤੇ ਆਹ ਤੁਸੀਂ ਵੇਖ ਸਕਦੇ ਹੋ ਵੀ ਇਹਦੇ ਵਿੱਚ ਅੱਜ ਵੀ ਉਹ ਨਿਸ਼ਾਨੀਆਂ, ਉਹ ਨਿਸ਼ਾਨ ਦੇ ਦੀਦਾਰੇ ਦਰਸ਼ਨ ਹੋ ਸਕਦੇ ਆ ਜਿੱਥੋਂ ਜਿੱਥੋਂ ਸੇਕ ਲੱਗਾ। ਸੋ ਇਹ ਬਾਬੇ ਦੇ ਘਰ ਦੀਆਂ ਰਹਿਮਤਾਂ ਕਰਾਮਾਤਾਂ ਨੇ। ਇਹ ਸਾਡੇ ਅੱਜ ਕੁਝ ਵੀਰ ਸ਼ੰਕਾ ਪਾ ਰਹੇ ਆ ਗੁਰੂ ਘਰ ਦੀਆਂ ਕਰਾਮਾਤਾਂ ਰਹਿਮਤਾਂ ਦਾ ਖੰਡਨ ਕਰਦੇ ਆ, ਇਹ ਵੀ ਇੱਕ ਕਾਰਨ ਹੈ ਵੀ ਲੋਕ ਗੁਰੂ ਘਰ ਤੋਂ ਟੁੱਟ ਕੇ ਜਿਹੜਾ ਕਿ ਹੋਰ ਪਾਸੇ ਫਿਰ ਚਲੇ ਜਾਂਦੇ ਆ। ਸੋ ਗੁਰੂ ਘਰ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਜ਼ਰੂਰ ਜ਼ਿਕਰ ਕਰਨਾ ਚਾਹੀਦਾ। ਸੋ ਆਓ ਹੁਣ ਆਪਾਂ ਉਹ ਬੋਲੀ ਸਾਹਿਬ ਦੇ ਦਰਸ਼ਨ ਕਰੀਏ, ਜਿੱਥੋਂ ਦਾ ਜਲ ਛੱਕ ਕੇ ਸੰਗਤਾਂ ਦੀਆਂ ਮਨੋਕਾਮਨਾਵਾਂ ਤੇ ਜਿਸ ਬੋਲੀ ਦਾ ਜਲ ਛੱਕ ਕੇ ਸਾਰੇ ਦੁੱਖ ਦੂਰ ਹੁੰਦੇ। ਤਿਆਗੀਆਂ ਦੇ ਤਿਆਗੀ, ਦਾਨੀਆਂ ਦੇ ਦਾਨੀ ਜੋ, ਜਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ, ਜਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ। ਓ ਗੁਰੂ ਨਾਨਕ ਦੇ ਵੱਡੇ ਫਰਿਆਦ ਨੂੰ ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ, ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ। ਤਿਆਗੀਆਂ ਦੇ ਤਿਆਗੀ, ਦਾਨੀਆਂ ਦੇ ਦਾਨੀ ਜੋ, ਜਟਾ ਤਾਰੀ ਬਾਲ ਜੱਤੀ ਬ੍ਰਹਮ ਗਿਆਨੀ ਜੋ, ਜਟਾ ਤਾਰੀ ਬਾਲ ਜਤੀ ਬ੍ਰਹਮ ਗਿਆਨੀ ਜੋ। ਓ ਗੁਰੂ ਨਾਨਕ ਦੇ ਵੱਡੇ ਫਰਿਆਦ ਨੂੰ ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ, ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ। ਸ਼ਿਵਾ ਨੇ ਹੀ ਮਾਨੋ ਅਵਤਾਰ ਧਾਰਿਆ, ਪੁੰਨਿਆਂ ਦੇ ਚੰਨ ਚਮਕਾਰਾ ਮਾਰਿਆ। ਸ਼ਿਵਾ ਨੇ ਹੀ ਜਾਣੋ ਅਵਤਾਰ ਤਾਰਿਆ, ਪੁੰਨਿਆਂ ਦੇ ਚੰਨ ਚਮਕਾਰਾ ਮਾਰਿਆ, ਪੁੰਨਿਆਂ ਦੇ ਚੰਨ ਚਮਕਾਰਾ ਮਾਰਿਆ। ਦਿੱਤਾ ਸੁਲਤਾਨਪੁਰ ਹੈ ਆਨੰਦ ਨੂੰ, ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ। ਦਿੱਤਾ ਸੁਲਤਾਨਪੁਰੇ ਹੈ ਆਨੰਦ ਨੂੰ, ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ, ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ। ਸੰਗਤ ਜੀ, ਆਈ ਮੁੱਖ ਦਰਬਾਰ ਸਾਹਿਬ ਹੈ ਜਿੱਥੇ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਹੈ। ਇੱਥੇ ਹੀ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਸ਼ੁਭਾਇਮਾਨ ਹੋਇਆ ਕਰਦੇ ਸਨ। ਅਤੇ ਇਹ ਜੋ ਬੋਰਡ ਹੈ, ਇਹ ਭਾਈ ਕਮਲੀਆ ਜੀ ਦੀ ਸਮਾਧ ਹੈ, ਉਹਨਾਂ ਦੀ ਯਾਦ ਦੇ ਵਿੱਚ ਇਹ ਦਰਖਤ ਲਗਾਇਆ ਗਿਆ ਸੀਗਾ।
ਸੋ ਸਤਿਗੁਰ ਦੀ ਬੜੀ ਕਿਰਪਾ ਇਸ ਅਸਥਾਨ ਤੇ ਸੰਗਤਾਂ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਜੀ। ਬਾਬੇ ਸ਼੍ਰੀ ਚੰਦ ਨੂੰ ਤਿਆਗੀਆਂ ਦੇ ਤਿਆਗੀ ਦਾਨੀਆਂ ਦੇ ਦਾਨੀ ਜੋ ਜਟਾ ਧਾਰੀ ਬਾਲ ਜਤੀ ਬ੍ਰਹਮ ਗਿਆਨੀ ਜੋ ਜਟਾ ਧਾਰੀ ਬਾਲ ਜਤੀ ਬ੍ਰਹਮ ਗਿਆਨੀ ਜੋ ਓ ਗੁਰੂ ਨਾਨਕ ਦੇ ਵੱਡੇ ਫਰਿਆਦ ਨੂੰ ਬੰਦਣਾ ਸਾਡੀ ਬਾਬੇ ਸ਼੍ਰੀ ਚੰਦ ਨੂੰ ਬੰਦਣਾ ਸਾਡੀ ਬਾਬੇ ਸ਼੍ਰੀ ਚੰਦ ਨੂੰ ਸ਼ਿਵਾ ਨੇ ਹੀ ਮਾਨੋ ਅਵਤਾਰ ਧਾਰਿਆ ਪੁੰਨਿਆਂ ਦੇ ਚੰਨ ਚਮਕਾਰਾ ਮਾਰਿਆ ਸ਼ਿਵਾ ਨੇ ਹੀ ਜਾਣੋ ਅਵਤਾਰ ਧਾਰਿਆ ਪੁੰਨਿਆਂ ਦੇ ਚੰਨ ਚਮਕਾਰਾ ਮਾਰਿਆ ਪੁੰਨਿਆਂ ਦੇ ਚੰਨ ਚਮਕਾਰਾ ਮਾਰਿਆ ਦਿੱਤਾ ਸੁਲਤਾਨਪੁਰ ਹੈ ਆਨੰਦ ਨੂੰ ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ। ਹਾਂਜੀ ਸੰਗਤ ਜੀ, ਗੁਰਦੁਆਰਾ ਬਾਠ ਸਾਹਿਬ ਤੋਂ ਜ਼ਿਆਦਾ ਤਾਂ ਨਹੀਂ, 800 ਮੀਟਰ ਉਹ ਸਥਾਨ ਹੈ ਕੁਝ ਕੁ ਕਦਮਾਂ ਦੀ ਦੂਰੀ 'ਤੇ, ਜਿੱਥੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਤ ਨੂੰ ਵਿਸ਼ਰਾਮ ਕਰਿਆ ਕਰਦੇ ਅਤੇ ਸਵੇਰੇ ਫਿਰ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਸਮਾਧੀ ਖੁੱਲ੍ਹਣ ਦੀ ਉਡੀਕ ਕਰਦੇ। ਗੁਰਦੁਆਰਾ ਗੁਰੂਸਰ ਸਾਹਿਬ ਉਸ ਸਥਾਨ ਦੇ ਮੈਂ ਆਪ ਜੀ ਨੂੰ ਦਰਸ਼ਨ ਕਰਾਉਂਦਾ। ਸੋ ਜਦੋਂ ਵੀ ਬਾਠ ਸਾਹਿਬ ਆਓ, ਭਾਵੇਂ ਆਪ ਜੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਪੁੱਛ ਸਕਦੇ ਹੋ ਕਿ ਉਹ ਸਥਾਨ ਕਿੱਥੇ ਹੈ ਪੰਚਮ ਪਾਤਸ਼ਾਹ ਗੁਰਦੇਵ ਜੀ ਦਾ, ਅਤੇ ਆਪ ਜੀ ਨੂੰ ਸੇਵਾਦਾਰ ਜ਼ਰੂਰ ਦੱਸਣ। ਬਾਬੇ ਸ਼੍ਰੀ ਚੰਦ ਨੂੰ ਤਿਆਗੀਆਂ ਦੇ ਤਿਆਗੀ ਦਾਨੀਆਂ ਦੇ ਦਾਨੀ ਜੋ ਜਟਾ ਧਾਰੀ ਬਾਲ ਜਤੀ ਬ੍ਰਹਮ ਗਿਆਨੀ ਜੋ ਜਟਾ ਧਾਰੀ ਬਾਲ ਜਤੀ ਬ੍ਰਹਮ ਗਿਆਨੀ ਜੋ ਓ ਗੁਰੂ ਨਾਨਕ ਦੇ ਵੱਡੇ ਫਰਿਆਦ ਨੂੰ ਬੰਦਣਾ ਸਾਡੀ ਬਾਬੇ ਸ਼੍ਰੀ ਚੰਦ ਨੂੰ ਬੰਦਣਾ ਸਾਡੀ ਬਾਬੇ ਸ਼੍ਰੀ ਚੰਦ ਨੂੰ ਸ਼ਿਵਾ ਨੇ ਹੀ ਮਾਨੋ ਅਵਤਾਰ ਧਾਰਿਆ ਪੁੰਨਿਆਂ ਦੇ ਚੰਨ ਚਮਕਾਰਾ ਮਾਰਿਆ ਸ਼ਿਵਾ ਨੇ ਹੀ ਜਾਣੋ ਅਵਤਾਰ ਧਾਰਿਆ ਪੁੰਨਿਆਂ ਦੇ ਚੰਨ ਚਮਕਾਰਾ ਮਾਰਿਆ ਪੁੰਨਿਆਂ ਦੇ ਚੰਨ ਚਮਕਾਰਾ ਮਾਰਿਆ ਦਿੱਤਾ ਸੁਲਤਾਨਪੁਰ ਹੈ ਆਨੰਦ ਨੂੰ ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ ਦਿੱਤਾ ਸੁਲਤਾਨਪੁਰ ਹੈ ਆਨੰਦ ਨੂੰ ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ ਬੰਦਣਾ ਹੈ ਸਾਡੀ ਬਾਬੇ ਸ਼੍ਰੀ ਚੰਦ ਨੂੰ। ਹਾਂਜੀ ਸੰਗਤ ਜੀ, ਦਰਸ਼ਨ ਕਰਕੇ ਆਪਾਂ ਹੁਣ ਚਾਲਾ ਪਾ ਦਿੱਤਾ ਵਾਪਸੀ ਦਾ, ਨਿਕਲ ਚੁੱਕੇ ਹਾਂ ਅਤੇ ਹੁਣ ਆਪਾਂ ਚੱਲੇ ਹਾਂ ਡੇਰਾ ਬਾਬਾ ਨਾਨਕ, ਉੱਥੇ ਫਿਰ ਰਾਤ ਰੁਕਾਂਗੇ ਅਤੇ ਹੁਣ ਨੈਕਸਟ ਵੀਡੀਓ ਦੇ ਵਿੱਚ ਆਪ ਜੀ ਨੂੰ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਾਵਾਂਗੇ ਡੇਰਾ ਬਾਬਾ ਨਾਨਕ ਦੇ, ਅਤੇ ਨਾਲੇ ਹੀ ਨਾਨਕ ਚੱਕ ਅਤੇ ਕਾਦਰਾਬਾਦ ਅਸਥਾਨ ਦੇ ਜਿੱਥੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਹੰਕਾਰ ਦੇ ਵਿੱਚ ਆਏ ਹੋਏ ਸਿੱਧਾਂ ਦੇ ਹੰਕਾਰ ਨੂੰ ਤੋੜਿਆ, ਅਤੇ ਉੱਥੇ ਅੱਜ ਵੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਜਿਹੜਾ ਬੋਰਡ ਪ੍ਰਗਟ ਹੋਇਆ, ਉਹਦੀਆਂ ਜੜ੍ਹਾਂ ਪ੍ਰਗਟ ਹੋਈਆਂ, ਉਹ ਆਪ ਜੀ ਨੂੰ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਾਵਾਂਗੇ। ਅਤੇ ਆਪ ਜੀ ਚੈਨਲ ਸਬਸਕ੍ਰਾਈਬ ਕਰ ਦਿਓ, ਵੀਡੀਓ ਲਾਈਕ ਕਰ ਦਿਓ ਅਤੇ ਅਗਾਂਹ ਸ਼ੇਅਰ ਕਰ ਦਿਓ, ਅਤੇ ਅਗਲੀ ਵੀਡੀਓ ਦੇ ਵਿੱਚ ਆਪ ਜੀ ਨੂੰ ਅਗਲੇ ਸਥਾਨ ਦੇ ਦਰਸ਼ਨ ਕਰਾਉਂਦੇ ਹਾਂ ਜੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਬੰਦਣਾ ਸਾਡੀ ਬਾਬੇ ਸ਼੍ਰੀ ਚੰਦ ਨੂੰ।